ਕਹਿੰਦਾ ਸਰਕਾਰ ਵਾਲੇ ਤੇ ਬੁਲਟ ਵਾਲਿਆਂ ਨੂੰ ਉਹਨਾਂ ਨੂੰ ਅੱਗੇ ਪਿੱਛੇ ਦੇਖ ਲਓ ਬਾਲੇ ਕਾਲਿਆਂ ਨੂੰ ਉਹ ਵੀ ਰੱਬ ਦਾ ਜੀ ਹੈ ਜਿਹੜਾ ਇੰਨੇ ਆਰਾਮ ਨਾਲ ਆਉਂਦਾ ਹੈਗਾ ਬੱਸ ਟਰੱਕ ਵਾਲਾ ਹੱਥ ਦੇ ਕੇ ਸਾਈਡ ਟਪਾਉਂਦਾ ਹੈਗਾ ਕਹਿੰਦਾ ਅੱਜ ਜਦੋਂ ਗੱਡੀ ਦੇ ਵਿੱਚ ਮਰੀਜ਼ ਹੁੰਦਾ ਹੈ ਉਦੋਂ ਹੂਟਰ ਬੱਤੀ ਛੱਡੀ ਹੁੰਦੀ ਹੈ ਜਦੋਂ ਅਗਲਾ ਤੰਗ ਹੁੰਦਾ ਹੁੰਦਾ ਨਾ ਫਿਰ ਬਾਈ ਸੂਈ 150 ਤੇ ਲੱਗੀ ਹੁੰਦੀ ਹੈ ਕਹਿੰਦਾ ਗੱਡੀ ਭਜਾਉਣ ਤੋਂ ਸਾਡੇ ਬਿਨਾਂ ਕੋਈ ਹੁੰਦਾ ਕੋਈ ਹੱਲ ਆ ਐਂਬੂਲੈਂਸ ਦੀ ਡਰਾਈਵਰੀ ਸੱਪ ਦੇ ਮੂੰਹ 'ਚ ਹੱਥ ਪਾਉਣ ਵਾਲੀ ਗੱਲ ਆ ਉਹ ਐਂਬੂਲੈਂਸ ਦੀ ਡਰਾਈਵਰੀ ਸੱਪ ਦੇ ਮੂੰਹ 'ਚ ਹੱਥ ਪਾਉਣ ਵਾਲੀ ਭਗਤੀ ਤੇਰੇ ਤੋਂ ਨਹੀਂ ਹੁੰਦੀ ਪਰ ਚੋਲਾ ਪਹਿਨਣਾ ਵੀ ਨਹੀਂ ਚਾਹੀਦਾ ਸ਼ੈਤਾਨ ਦਾ ਕਹਿੰਦਾ ਇੱਥੇ ਪੈਸਿਆਂ ਦਾ ਮੁੱਲ ਘੱਟ ਜਾਂਦਾ ਜਿੱਥੇ ਮੁੱਲ ਪੈਂਦਾ ਮਿੱਤਰਾ ਜਮਾਨ ਦਾ ਉੱਥੇ ਪੈਸਿਆਂ ਦਾ ਮੁੱਲ ਘੱਟ ਜਾਂਦਾ ਜਿੱਥੇ ਮੁੱਲ ਪੈਂਦਾ ਮਿੱਤਰਾ ਜਮਾਨ ਅੱਤ ਦੀ ਪੈਂਦੀ ਹੈ ਗਰਮੀ ਅਤੇ ਵਾਟ ਆਪ ਹੀ ਲੱਗਦੀ ਦੂਰ ਹੈ ਦੋ ਸਿਗਨੇਚਰ ਮਾਰ ਅੰਦਰ ਫਿਰ ਤਾਂ ਪੈਂਦੀ ਜਾਂਦੀ ਭੂਰ ਹੈ ਕਹਿੰਦਾ ਇੱਕ ਨੰਬਰ ਦਾ ਕੰਮ ਹੈ ਕਾਹਤੋਂ ਕਰਦੀ ਵਹਿਮਾਂ ਨੂੰ ਜਦੋਂ ਵੱਟ ਕੇ ਗੋਲੀ ਅੰਦਰ ਸਿੱਟੀ ਫਿਰ ਮੁੰਡਾ ਖਿੱਚੂ ਟਾਈਮਾਂ ਨੂੰ ਦਿਲ ਵਿੱਚ ਯਾਦ ਹੋਊਗੀ ਤੇਰੀ ਤੂੰ ਤੋਂ ਲੰਮਾ ਰੂਟ ਹੋਊਗਾ ਹੁਣ ਮੁੰਡੇ ਨੇ ਚੱਲਣਾ ਬਾਈ ਫੁੱਟੀ 'ਤੇ ਵਿੱਚ ਲੱਦਿਆ ਸਬਜ਼ੀ ਫਰੂਟ ਹੋਊਗਾ ਉਹ ਵਿੱਚ ਲੱਦਿਆ ਸਬਜ਼ੀ ਫਰੂਟ ਪਰਮਾਤਮਾ ਕਲਾ ਦੇਣ ਲੱਗੇ ਇਹ ਨਹੀਂ ਦੇਖਦਾ ਕਿ ਕੋਈ ਗਰੀਬ ਹੈ ਜਾਂ ਅਮੀਰ ਹੈ ਪਰਮਾਤਮਾ ਜਿਹੜੀ ਕਲਾ ਹੈ ਉਹ ਹਰ ਇੱਕ ਨੂੰ ਦਿੰਦਾ ਕੋਈ ਉਸ ਕਲਾ ਨੂੰ ਪਛਾਣ ਲੈਂਦਾ ਹੈ ਪਛਾਣ ਕੇ ਸਟਾਰ ਬਣ ਜਾਂਦਾ ਵਧੀਆ ਬਣ ਜਾਂਦਾ ਹੈ ਅੱਜ ਇੱਕ ਅਜਿਹੇ ਗੱਭਰੂ ਦੀ ਕਹਾਣੀ ਤੁਹਾਡੇ ਨਾਲ ਲੈ ਕੇ ਆਇਆ ਜਿਹਨੇ ਗਰੀਬੀ ਵੀ ਬਹੁਤ ਦੇਖੀ ਹੈ ਅਤੇ ਅੱਜ ਉਹ ਡਰਾਈਵਰੀ ਕਰਕੇ ਐਂਬੂਲੈਂਸ ਚਲਾਉਂਦਾ ਹੈ ਅਤੇ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਰਾਜੂ ਐਂਬੂਲੈਂਸ ਵਾਲੇ ਨਾਲ ਇਹ ਬਾਈ ਬਹੁਤ ਵਧੀਆ ਸ਼ਾਇਰੋ ਸ਼ਾਇਰੀ ਲਿਖਦਾ ਡਰਾਈਵਰਾਂ 'ਤੇ ਵੀ ਲਿਖਦਾ ਆਪਣੇ ਹਾਲਾਤਾਂ 'ਤੇ ਵੀ ਲਿਖਦਾ ਕਿਹੋ ਜਿਹੇ ਹਾਲਾਤ ਇਹਨੇ ਦੇਖੇ ਨੇ ਅਤੇ ਕਿਹੋ ਜਿਹੇ ਹਾਲਾਤਾਂ 'ਚੋਂ ਨਿਕਲ ਕੇ ਅੱਜ ਇਹ ਗੱਡੀਆਂ ਵਾਲਾ ਵੀ ਹੋ ਗਿਆ ਕਿਵੇਂ ਕਿੱਥੋਂ ਇਹਨੇ ਕਲਾ ਸ਼ੁਰੂ ਕੀਤੀ ਅਤੇ ਉਹ ਬਾਈ ਨਾਲ ਸਾਰੀ ਗੱਲਬਾਤ ਕਰ ਦਿਆਂਗੇ ਰਾਜੂ ਐਂਬੂਲੈਂਸ ਵਾਲੇ ਦੇ ਨਾਲ ਨੌਜਵਾਨ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਗਰੀਬੀ 'ਚੋਂ ਲੰਘ ਕੇ ਉਹ ਅੱਜ ਗੱਡੀਆਂ ਤੱਕ ਪਹੁੰਚਿਆ ਅਤੇ ਕਿਵੇਂ ਉਹਨੇ ਸ਼ਹਿਰੋ ਸ਼ਹਿਰੀ ਹੈ ਜੋ ਉਹਦਾ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ ਰਾਜੂ ਐਂਬੂਲੈਂਸ ਵਾਲੇ ਦੇ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਜੀ ਠੀਕ ਠਾਕ ਠੀਕ ਠਾਕ ਵਧੀਆ ਜੀ ਤੁਸੀਂ ਦੱਸੋ ਅਤੇ ਬੜੀਆਂ ਤੁਹਾਡੀਆਂ ਰੀਲਾਂ ਚੱਲਦੀਆਂ ਸੁਣਦੇ ਨੇ ਲੋਕ ਹੈ ਨਾ ਅਤੇ ਫੈਨਸ ਵੀ ਨੇ ਤੁਹਾਡੇ ਕਿਵੇਂ ਮਤਲਬ ਸਟਾਰਟ ਕੀਤਾ ਤੁਹਾਡਾ ਇਹ ਸਫ਼ਰ ਕਿਵੇਂ ਸ਼ੁਰੂ ਕੀਤਾ ਸਰ ਸਫ਼ਰ ਪਹਿਲੇ ਦਿਨ ਤੋਂ ਹੀ ਘਰੇ ਗਰੀਬੀ ਸੀਗੀ ਪੜ੍ਹਿਆ ਲਿਖਿਆ ਨਹੀਂ ਗਿਆ ਸੋ ਭੈਣਾਂ ਸੀਗੀਆਂ ਵੱਡੀਆਂ ਜੀ ਉਹਨਾਂ ਦੀ ਮੈਰਿਜ ਮੁਰਿਜ ਕੀਤੀ ਖੇਤੀਬਾੜੀ ਕਰਦੇ ਰਹੇ ਜਿਵੇਂ ਸਰ ਬਹੁਤ ਇੱਕ ਮੰਨ ਕੇ ਚਲੋ 6-7 ਸਾਲ ਕਿਸੇ ਦੇ ਘਰ ਨੌਕਰੀ ਕੀਤੀ ਹੈ ਝਾੜੂ ਪੋਚਾ ਵੀ ਕੀਤਾ ਜੀ ਸੋ ਇੱਕ ਸ਼ੇਅਰ ਸੁਣਾਓ ਰਾਜੂ ਜੀ ਤੁਹਾਡੇ ਮਤਲਬ ਜ਼ਿੰਦਗੀ ਦਾ ਸਫ਼ਰ ਕਿੱਥੋਂ ਸਟਾਰਟ ਹੁੰਦਾ ਕੀ ਹਾਲਾਤ ਤੁਸੀਂ ਦੇਖੇ ਨੇ ਉਹ 'ਤੇ ਕੀ ਲਿਖਿਆ ਉਹਦੇ ਖਾਤਰ ਜਿਵੇਂ ਮੰਮੀ ਪਹਿਲਾਂ ਬਹੁਤ ਸਾਰੇ ਕਠਿਨਾਈਆਂ ਦੇਖੀਆਂ ਨਾ ਜੀ ਉਸ ਕਰਕੇ ਕੁਛ ਲਾਈਨਾਂ ਲਿਖੀਆਂ ਸੀਗੀਆਂ ਉਹ ਮੇਰੇ ਵੈਸੇ ਕੁਛ ਯਾਦ ਵੀ ਨਹੀਂ ਜੀ ਪਰ ਹੁਣ ਜਿਵੇਂ ਜਿਵੇਂ ਅੱਗੇ ਉਹ ਕੁਛ ਕਾਫੀ ਪੁਰਾਣਾ ਲਿਖਿਆ ਸੀਗਾ ਜੀ ਹੁਣ ਜਿਵੇਂ ਜਿਵੇਂ ਅੱਗੇ ਅੱਗੇ ਜਾਈ ਜਾਂਦੇ ਹਾਂ ਉਹਨਾਂ ਉਹਨਾਂ ਚੀਜ਼ਾਂ ਨੂੰ ਦੇਖੀ ਜਾਂਦੇ ਹਾਂ ਅੱਗੇ ਅੱਗੇ ਡੇਲੀ ਦਾ ਇੱਕ ਸਟੋਰੀ ਉਹ ਬੋਲੀ ਜਾਂਦੇ ਹਾਂ ਜੀ ਐਵੇਂ ਚੱਲ ਕੋਈ ਸ਼ੁਰੂਆਤ ਕਰੋ ਸੁਣਾਓ ਕੋਈ ਸ਼ੇਅਰ ਤਾਂ ਸਾਂਝਾ ਕਰੋ ਸਾਡੇ ਨਾਲ ਹਾਂਜੀ ਜਿਵੇਂ ਕਿ ਐਂਬੂਲੈਂਸਾਂ ਦਾ ਕੰਮ ਆ ਹੁਣ ਆਪਣਾ ਮੇਨ ਜੀ ਉਹਦੇ ਵਿੱਚ ਜਿਵੇਂ ਜਿਵੇਂ ਕੋਈ ਕਠਿਨਾਈ ਆਉਂਦੀ ਉਹ ਦੇਖਿਆ ਜੀ ਕਹਿੰਦਾ ਸਰਕਾਰ ਵਾਲੇ ਅਤੇ ਬੁਲਟ ਵਾਲਿਆਂ ਨੂੰ ਉਹਨਾਂ ਨੂੰ ਅੱਗੇ ਪਿੱਛੇ ਦੇਖ ਲਓ ਬਾਲੇ ਕਾਲਿਆਂ ਨੂੰ ਉਹ ਵੀ ਰੱਬ ਦਾ ਜੀ ਹੈ ਜਿਹੜਾ ਇੰਨੇ ਆਰਾਮ ਨਾਲ ਆਉਂਦਾ ਹੈਗਾ ਬੱਸ ਟਰੱਕ ਵਾਲਾ ਹੱਥ ਦੇ ਕੇ ਸਾਈਡ ਟਪਾਉਂਦਾ ਹੈਗਾ ਕਹਿੰਦਾ ਅੱਜ ਜਦੋਂ ਗੱਡੀ ਦੇ ਵਿੱਚ ਮਰੀਜ਼ ਹੁੰਦਾ ਹੈ ਉਦੋਂ ਹੂਟਰ ਬੱਤੀ ਛੱਡੀ ਹੁੰਦੀ ਹੈ ਜਦੋਂ ਅਗਲਾ ਤੰਗ ਹੁੰਦਾ ਹੁੰਦਾ ਨਾ ਫਿਰ ਬਾਈ ਸੂਈ 150 ਤੇ ਲੱਗੀ ਹੁੰਦੀ ਹੈ ਕਹਿੰਦਾ ਗੱਡੀ ਭਜਾਉਣ ਤੋਂ ਸਾਡੇ ਬਿਨਾਂ ਕੋਈ ਹੁੰਦਾ ਕੋਈ ਹੱਲ ਆ ਐਂਬੂਲੈਂਸ ਦੀ ਡਰਾਈਵਰੀ ਸੱਪ ਦੇ ਮੂੰਹ 'ਚ ਹੱਥ ਪਾਉਣ ਵਾਲੀ ਗੱਲ ਆ ਉਹ ਐਂਬੂਲੈਂਸ ਦੀ ਡਰਾਈਵਰੀ ਸੱਪ ਦੇ ਮੂੰਹ 'ਚ ਹੱਥ ਪਾਉਣ ਵਾਲੀ ਗੱਲ ਆ ਸੋ ਬਾਈ ਰਾਜੂ ਜੇ ਆਪਾਂ ਗੱਲਬਾਤ ਕਰੀਏ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ਾਇਰੋ ਸ਼ਾਇਰੀ ਲਿਖਣ ਦਾ ਜਿਹੜਾ ਤੁਸੀਂ ਸ਼ੁਰੂ ਕੀਤਾ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੀ ਮੈਂ ਇਹ ਸ਼ਾਇਰੋ ਸ਼ਾਇਰੀ ਲਿਖਾਂ ਸਰ ਇਹ ਪਹਿਲਾਂ ਮੈਂ ਜਦੋਂ ਪਿਛਲਾ ਕੋਵਿਡ ਸੀਗਾ ਤਕਰੀਬਨ 2 ਸਾਲ ਹੋ ਗਏ ਜੀ ਉਦੋਂ ਤਾਂ ਮੈਂ ਸ਼ਾਇਰੀ ਸੋਚਿਆ ਮੈਂ ਦੂਸਰੇ ਭਰਾਵਾਂ ਨੂੰ ਦੇਖ ਕੇ ਸੋ ਕੁਛ ਆਪਣਾ ਸੈਮ ਕੰਡਾ ਬਾਈ ਮੋਗੇ ਤੋਂ ਪ੍ਰੀਤ ਘੈਂਟਾ ਬਾਈ ਮਾਨਸਾ ਤੋਂ ਇਹ ਲਿਖਦੇ ਹੁੰਦੇ ਸੀ ਬੋਲਦੇ ਹੁੰਦੇ ਸੀ ਉਹਨਾਂ ਨੂੰ ਦੇਖ ਦੇਖ ਕੇ ਮੈਨੂੰ ਵੀ ਐਂ ਲੱਗਿਆ ਵੀ ਮੈਂ ਬੋਲ ਸਕਦਾ ਜੀ ਸੋ ਉਦੋਂ ਦੇ ਚੱਲਦੇ ਚੱਲਦੇ ਅੱਜ ਕੁਛ ਵਧੀਆ ਰਿਸਪੌਂਸ ਆਉਣ ਲੱਗ ਗਿਆ ਸੋ ਜੇ ਆਪਾਂ ਰਾਜੂ ਜੀ ਗੱਲ ਕਰੀਏ ਸ਼ਾਇਰੋ ਸ਼ਾਇਰੀ ਦੀ ਅਤੇ ਤੁਹਾਡੇ ਚਾਹੁਣ ਵਾਲੇ ਦੀ ਆਪਾਂ ਗੱਲ ਕਰੀਏ ਕਿੰਨੀ ਕੁ ਗਿਣਤੀ ਆ ਜਿਹੜੇ ਤੁਹਾਨੂੰ ਸੁਣਦੇ ਨੇ ਤੁਹਾਨੂੰ ਫੋਲੋ ਕਰਦੇ ਨੇ ਸਰ ਬਾਲਾ ਤਾਂ ਨਹੀਂ ਕਹਿ ਸਕਦੇ ਪਰ ਇੰਨਾ ਕੁ ਪਿਆਰ ਮਿਲਦਾ ਜੀ ਜਦੋਂ ਕਿਤੇ ਨਿਕਲ ਜਾਈਦਾ ਬਾਹਰ ਨੂੰ ਅਤੇ ਉਦੋਂ ਕਦੇ ਢਾਬੇ ਦੇ ਆਪਦੇ ਬੰਨੀਓ ਚਾਹ ਪਾਣੀ ਰੋਟੀ ਨਹੀਂ ਖਾਧਾ ਜੀ ਉਦੋਂ ਪਿਆਰ ਕਰਨ ਵਾਲੇ ਭਰਾ ਹੀ ਟੱਕਰਦੇ ਆ ਉਹਨਾਂ ਦਾ ਘਰ ਤੱਕਰ ਵੀ ਜਿਹੜੇ ਭੈਣਾਂ ਭਰਾ ਹੈ ਨਾ ਜਿਹੜੇ ਡਰਾਈਵਰ ਆ ਉਹਨਾਂ ਦੇ ਧੀ ਪੁੱਤ ਵੀ ਸੁਣਦੇ ਆ ਕਿਉਂਕਿ ਆਪਣੀਆਂ ਗੱਲਾਂ ਹੀ ਅਜਿਹੀਆਂ ਹੁੰਦੀਆਂ ਕਦੇ ਆਸ਼ਕੀ ਟਾਈਪ ਨਹੀਂ ਬੋਲਿਆ ਜੀ ਉਸ ਆਪਦੀ ਲਾਈਨ 'ਤੇ ਹੀ ਬੋਲੀਦਾ ਜਿਹੜਾ ਕੁਝ ਦੇਖਦੇ ਹਾਂ ਉਹੀ ਬੋਲੀਦਾ ਜੀ ਸੋ ਦੋ ਲਾਈਨਾਂ ਬਾਈ ਸਾਂਝੀਆਂ ਕਰੋਗੇ ਫਿਰ ਕੀ ਲਿਖਿਆ ਮਤਲਬ ਉਹਦੇ ਵਿੱਚ ਕਈ ਚੀਜ਼ਾਂ ਲਿਖੀਆਂ ਹੋਈਆਂ ਵੈਸੇ ਤਾਂ ਜ਼ਿਆਦਾ ਡਰਾਈਵਰੀ 'ਤੇ ਲਿਖਦੇ ਤੁਹਾਨੂੰ ਦੱਸਿਆ ਸੀ ਕਹਿੰਦਾ
कुछ लाइना सीगियां कहिंदा मन्या भगती तेरे तो नहीं हुंदी पर चोला पहनना भी नहीं चाहिदा शतान दा कहिंदा इत्थे पैसां दा मुल घट जांदा जिथे मुल पैंदा मित्रा जवान दा उत्थे पैसां दा मुल घट जांदा जिथे मुल पैंदा मित्रा जवान दा। सो कुछ लाइना जिवें ऊं बोलदे हुंदे आ यारी यूरी ते या होर कहिंदा इक नंबर जिवें कुछ कुछ इहदे विच सर वी नशे वी इक जिवें लोकी सानूं कह दिंदे वी ड्राइवर नशेड़ी आ हैना जी ਉਹ ਚੀਜ਼ਾਂ ਕਈ ਵਾਰੀ ਉਹਨਾਂ ਨੂੰ ਕਵਰ ਕਰਨ ਖਾਤਰ ਵੀ ਜਿਵੇਂ ਹੋ ਜਾਂਦੀਆਂ ਜਾਂ ਉਹਨਾਂ ਨੂੰ ਕੁਛ ਅਗਲਾ ਤਾਂ ਐਂ ਲੱਗਦਾ ਜੀ ਖਬਰਾਂ ਇਹਨੂੰ ਇੰਟਰਟੇਨਮੈਂਟ ਕਰਦੇ ਆ ਪਰ ਨਹੀਂ ਉਹ ਸਾਡੇ ਡਰਾਈਵਰਾਂ ਦੇ ਹਾਲਾਤ ਆ ਜੀ ਜਿਵੇਂ ਉਹਦੇ ਵਿੱਚ ਕੁਛ ਲਾਈਨਾਂ ਹੋ ਜਾਂਦੀਆਂ ਇੰਟਰਟੇਨਮੈਂਟ ਖਾਤਰ ਹੀ ਲਾ ਲਓ ਜੀ ਉਹ ਕਹਿੰਦੇ ਅੱਤ ਦੀ ਪੈਂਦੀ ਆ ਗਰਮੀ ਅਤੇ ਵਾਟ ਆਪ ਹੀ ਲੱਗਦੀ ਦੂਰ ਹੈ ਦੋ ਸਿਗਨੇਚਰ ਮਾਰ ਅੰਦਰ ਫਿਰ ਤਾਂ ਪੈਂਦੀ ਜਾਂਦੀ ਭੂਰ ਹੈ ਕਹਿੰਦਾ ਇੱਕ ਨੰਬਰ ਦਾ ਕੰਮ ਹੈ ਕਾਹਤੋਂ ਕਰਦੀ ਵਹਿਮਾਂ ਨੂੰ ਜਦੋਂ ਵੱਟ ਕੇ ਗੋਲੀ ਅੰਦਰ ਸਿੱਟੀ ਫਿਰ ਮੁੰਡਾ ਖਿੱਚੂ ਟਾਈਮਾਂ ਨੂੰ ਦਿਲ ਵਿੱਚ ਯਾਦ ਹੋਊਗੀ ਤੇਰੀ ਦੁੱਧ ਤੋਂ ਲੰਮਾ ਰੂਟ ਹੋਊਗਾ ਹੁਣ ਮੁੰਡੇ ਨੇ ਚੱਲਣਾ ਬਾਈ ਫੁੱਟੀ ਅਤੇ ਵਿੱਚ ਲੱਦਿਆ ਸਬਜ਼ੀ ਫਰੂਟ ਹੋਊਗਾ ਉਹ ਵਿੱਚ ਲੱਦਿਆ ਸਬਜ਼ੀ ਫਰੂਟ ਹੋਊਗਾ ਇਹ ਗੱਡੀਆਂ ਜਿਵੇਂ ਵੱਡੀਆਂ ਗੱਡੀਆਂ ਉਹਨਾਂ 'ਚ ਸਬਜ਼ੀ ਫਰੂਟ ਜ਼ਿਆਦਾ ਨਿਕਲਦਾ ਜੀ ਉਹਦੇ ਖਾਤਰ ਕੁਛ ਇੰਟਰਟੇਨਮੈਂਟ ਹੋ ਜਾਂਦਾ ਕੁਛ ਵਹਿ ਹੋ ਜਾਂਦਾ ਜੀ ਅਤੇ ਜਿਵੇਂ ਲੋਕ ਕਹਿੰਦੇ ਆ ਵੀ ਡਰਾਈਵਰੀ 'ਚ ਕੁਛ ਹੈ ਹੀ ਨਹੀਂ ਗਾ ਜਾਂ ਨਸ਼ੇੜੀ ਹੈ ਜਾਂ ਉਵੇਂ ਉਹ ਚੀਜ਼ਾਂ ਬਿਲਕੁਲ ਵੀ ਨਹੀਂ ਹੈਗੀਆਂ ਸਰ ਕਿਉਂਕਿ ਮੈਂ ਤਕਰੀਬਨ 2002 ਤੋਂ ਡਰਾਈਵਰੀ ਕਰ ਰਿਹਾ ਮੇਰੇ ਕੋਲ ਕੁਛ ਵੀ ਨਹੀਂ ਸੀਗਾ ਜੀ ਘਰੇ ਸਾਈਕਲ ਦਾ ਟਾਇਰ ਵੀ ਨਹੀਂ ਸੀ ਸੋ ਬਹੁਤ ਜ਼ਿਆਦਾ ਗਰੀਬੀ ਸੀਗੀ ਮਾਤਾ ਵੀ ਐਂ ਸੀਗਾ ਹਾਲਾਤ ਮੰਜਾ ਖੜਾ ਕਰਕੇ ਨਹਾਉਣ ਵਾਲੀ ਗੱਲ ਸੀਗੀ ਅੱਜ ਡਰਾਈਵਰੀ ਤੋਂ ਅੱਜ ਮੇਰੇ ਕੋਲ 3 ਵਹੀਕਲ ਆਪਦੇ ਖੁਦ ਦੇ ਆ ਜੀ ਅਤੇ ਮੈਂ ਤਕਰੀਬਨ 15 ਲੱਖ ਰੁਪਇਆ ਆਪਦੇ ਮਕਾਨ 'ਤੇ ਵੀ ਲਾ ਚੁੱਕਿਆ ਡਰਾਈਵਰੀ ਕਰਕੇ ਸੋ ਰਾਜੂ ਜੇ ਆਪਾਂ ਗੱਲ ਕਰੀਏ ਦਿਮਾਗ 'ਚ ਆਈਡੀਆ ਕਿਵੇਂ ਆਉਂਦੇ ਨੇ ਵੀ ਆਪਾਂ ਇਸ ਚੀਜ਼ 'ਤੇ ਲਿਖਣਾ ਜਾਂ ਇਸ 'ਤੇ ਲਿਖਣਾ ਮਤਲਬ ਕਿਵੇਂ ਦਿਮਾਗ 'ਚ ਆਉਂਦਾ ਆਪਣੇ ਸਰ ਜਦੋਂ ਗੱਡੀ ਚਲਾ ਰਹੇ ਹੁੰਦੇ ਹਾਂ ਉਦੋਂ ਮਾਇੰਡ ਫਰੈਸ਼ ਹੁੰਦਾ ਉਦੋਂ ਜਿਵੇਂ ਆਪਦਾ ਲੌਂਗ ਰੂਟ ਜਾ ਰਹੇ ਹਾਂ ਉਸ ਟਾਈਮ ਜਦੋਂ ਕਿਸ ਚੀਜ਼ ਨੂੰ ਦੇਖਦੇ ਹਾਂ ਜੀ ਉਸ ਚੀਜ਼ਾਂ ਸੋਚ ਲੈਂਦੇ ਹਾਂ ਜਿਵੇਂ ਇੱਕ ਜਿਵੇਂ ਹੁਣ ਭੈਣਾਂ ਐਕਟੀਵਾ ਚਲਾਉਂਦੀਆਂ ਉਹਨਾਂ ਦੇ ਕੁਝ ਚੀਜ਼ਾਂ ਆਪਾਂ ਉਹਨਾਂ ਨੂੰ ਦੇਖ ਕੇ ਲਿਖੀਆਂ ਸੀਗੀਆਂ ਜੀ ਕਹਿੰਦਾ ਸਮਝ ਨਹੀਂ ਆਉਂਦੀ ਪਤਾ ਨਹੀਂ ਇਹਨਾਂ ਨੇ ਕਿੱਥੇ ਹਾਰਨ ਵਜਾਉਣਾ ਹੈਗਾ ਲੈਫਟ ਸਾਈਡ ਨੂੰ ਮੁੜਨਾ ਅਤੇ ਰਾਈਟ ਵਾਲਾ ਇੰਡੀਕੇਟਰ ਲਾਉਣਾ ਹੈਗਾ ਮਨ ਦੇ ਵਿੱਚ ਪਤਾ ਨਹੀਂ ਕੀ ਸੋਚ ਵਿਚਾਰਦੀਆਂ ਤੂੰ ਜਿੰਨੀਆਂ ਮਰਜ਼ੀ ਲਾਈਟਾਂ ਮਾਰ ਇਹ ਆਪਦਾ ਸਾਧਨ ਕਿੱਥੇ ਕੱਚੇ ਤਾਰਦੀਆਂ ਕਹਿੰਦਾ ਉਹਨੂੰ ਕਹਿ ਕੇ ਇਹਨਾਂ ਨੇ ਤਾਂ ਵਿੱਚੇ ਠੋਕਣੀਆਂ ਉਹਨਾਂ 'ਤੇ ਯਕੀਨ ਹੀ ਕੀ ਕਰਨਾ ਜਿਨ੍ਹਾਂ ਨੇ ਬ੍ਰੇਕਾਂ ਨੂੰ ਛੱਡ ਕੇ ਪੈਰਾਂ 'ਤੇ ਰੋਕਣੀਆਂ ਉਹ ਜਿਨ੍ਹਾਂ ਨੂੰ ਬ੍ਰੇਕਾਂ ਨੂੰ ਛੱਡ ਕੇ ਪੈਰਾਂ 'ਤੇ ਰੋਕਣੀਆਂ ਸੋ ਕਈ ਵਾਰੀ ਆਪਾਂ ਦੇਖਿਆ ਹੀ ਹੁੰਦਾ ਕਿ ਭੈਣਾਂ ਬ੍ਰੇਕਾਂ ਘੱਟ ਅਤੇ ਪੈਰ ਵੱਧ ਲਾਉਂਦੀਆਂ ਥੱਲੇ ਹੈ ਨਾ ਜੀ ਉਹਨਾਂ ਚੀਜ਼ਾਂ ਨੂੰ ਸੋਚ ਕੇ ਦੇਖ ਕੇ ਬਸ ਚੱਲੀ ਜਾਂਦਾ ਜੀ ਸੋ ਰਾਜੂ ਜੇ ਆਪਾਂ ਚਾਹੁਣ ਵਾਲਿਆਂ ਦੀ ਗੱਲ ਕਰੀਏ ਕਿੰਨੀ ਕੁ ਗਿਣਤੀ ਦੇ ਵਿੱਚ ਮਤਲਬ ਫੋਲੋਅਰਸ ਨੇ ਤੁਹਾਡੇ ਤੁਹਾਨੂੰ ਸੁਣਦੇ ਨੇ ਸਰ ਮੇਰੇ 3 ਕੁ ਮਹੀਨਿਆਂ 'ਚ ਇੰਸਟਾ 'ਤੇ 14K ਫੋਲੋਅਰ ਹੋ ਚੁੱਕੇ ਜੀ ਸੋ ਬਾਕੀ ਪਹਿਲਾਂ ਟਿਕਟੋਕ 'ਤੇ ਸੀ ਫਿਰ ਮੌਜ ਐਪ 'ਤੇ ਆ ਗਈ ਫਿਰ ਲਾਈਕੀ ਐਪ 'ਤੇ ਆ ਗਈ ਕੁਛ ਵਿੱਚ ਦੀ ਬ੍ਰੇਕ ਪੈ ਗਿਆ ਜੀ ਸੋ ਬਾਹਰਲੀ ਕੰਟਰੀ ਤੋਂ ਵੀ ਭਰਾ ਸੁਣਦੇ ਆ ਜੀ ਜਦੋਂ ਕਦੇ ਲਾਈਵ ਹੁੰਦੇ ਹਾਂ ਉਦੋਂ ਸੁਣਨ ਨੂੰ ਬੰਦੇ ਕਹਿੰਦੇ ਵੀ ਤੁਹਾਨੂੰ ਸੁਣਦੇ ਹਾਂ ਮੈਸੇਜ ਵਗੈਰਾ ਜ਼ਰੂਰ ਆਉਂਦੇ ਆ ਜੀ ਪਰ ਮੈਂ ਬੜਾ ਪੜ੍ਹਿਆ ਲਿਖਿਆ ਨਹੀਂ ਮੇਰੇ ਸਮਝ 'ਚ ਨਹੀਂ ਆਉਂਦਾ ਸੋ ਸਾਰਾ ਦਿਨ ਇੱਕ ਮੇਰੇ ਕੋਲ ਅੱਜ ਇਹ ਡਰਾਈਵਰੀ ਕਰਕੇ ਹੀ ਹੈ ਕਿਸੇ ਟਾਈਮ ਮੇਰੇ ਕੋਲ 50 ਰੁਪਈਆਂ ਦਾ ਫੋਨ ਵੀ ਨਹੀਂ ਹੁੰਦਾ ਸੀ ਅੱਜ ਸਰ ਜਦੋਂ ਮੈਂ ਘਰੋਂ ਨਿਕਲਦਾ ਮੇਰੇ ਕੋਲ 1.5 ਲੱਖ ਦੇ ਜੇਬ 'ਚ ਫੋਨ ਹੁੰਦੇ ਜੀ ਸੋ ਮੇਰੇ ਕੋਲ ਇੱਕ ਫੋਨ ਆਇਆ ਜਿਹੜਾ ਮੈਂ ਇੰਸਟਾ 'ਤੇ ਨੰਬਰ ਛੱਡਿਆ ਹੋਇਆ ਅਤੇ ਉਹ ਮੇਰਾ ਲਗਭਗ ਉਸੇ ਵੀ ਫੋਨ 'ਚ ਬਿਜ਼ੀ ਰਹਿੰਦਾ ਜੀ ਕਦੇ ਕਿਸੇ ਭਰਾ ਦਾ ਆ ਗਿਆ ਕਦੇ ਕਿਸੇ ਭਰਾ ਦਾ ਆ ਗਿਆ ਸੋ ਬਹੁਤ ਭਰਾ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਫੈਨ ਨਹੀਂ ਕਹਿ ਸਕਦੀ ਜੀ ਮੇਰੇ ਹਿਸਾਬ ਨਾਲ ਬਸ ਉਹ ਪਿਆਰ ਕਰਦੇ ਆ ਅਤੇ ਉਹ ਆਪਣੇ ਭਰਾ ਜੀ ਸੋ ਰਾਜੂ ਜਿੱਦਾਂ ਕੰਪੀਟੀਸ਼ਨ ਹੁੰਦੇ ਨੇ ਸਿੰਗਿੰਗ ਦਾ ਹੋ ਗਿਆ ਹੋਰ ਅਲੱਗ ਅਲੱਗ ਕਲਾਮਾਂ ਨੇ ਜਿਨ੍ਹਾਂ ਦੇ ਕੰਪੀਟੀਸ਼ਨ ਹੁੰਦੇ ਨੇ ਕੀ ਲੱਗਦਾ ਨਹੀਂ ਕਿ ਜਿੱਦਾਂ ਤੁਸੀਂ ਸ਼ਹਿਰੋ ਸ਼ਹਿਰੀ ਕਰਦੇ ਹੋ ਇਹਦਾ ਵੀ ਕੋਈ ਕੰਪੀਟੀਸ਼ਨ ਹੋਵੇ ਤੁਹਾਡਾ ਵੀ ਨਾਮ ਬਣੇ ਲੋਕ ਤੁਹਾਨੂੰ ਜਾਣਨ ਇੱਦਾਂ ਨਹੀਂ ਮਤਲਬ ਕੁਛ ਆਉਂਦਾ ਦਿਮਾਗ 'ਚ ਸਰ ਇਹ ਮੈਂ ਤੁਸੀਂ ਮੇਰੇ ਤੋਂ ਬਹੁਤ ਵਧੀਆ ਸਵਾਲ ਕੀਤਾ ਜੀ ਅਸੀਂ ਸੋਚਦੇ ਹਾਂ ਜੀ ਅਸੀਂ ਤਿੰਨ ਬੰਦੇ ਹਾਂ ਜਿਹੜੇ ਡਰਾਈਵਰੀ 'ਤੇ ਬਹੁਤ ਟਾਈਮ ਤੋਂ ਸ਼ਾਇਰੀ ਕਰ ਰਹੇ ਹਾਂ ਤੁਹਾਡਾ ਪਹਿਲੀ ਗੱਲ ਬਹੁਤ ਧੰਨਵਾਦ ਆ ਤੁਸੀਂ ਸਾਡੇ ਤੱਕ ਪਹੁੰਚੇ ਹੋ ਜੀ ਸੋ ਸਾਡੇ ਕੋਲ ਕੋਈ ਅਜਿਹਾ ਬੰਦਾ ਨਹੀਂ ਆਇਆ ਤੁਹਾਡੀਆਂ ਵੀਡੀਓ ਬਹੁਤ ਸਾਰੀਆਂ ਵਾਇਰਲ ਹੋ ਚੁੱਕੀਆਂ ਜੀ ਮੰਨ ਲਓ ਇੱਕ ਇੱਕ ਆਵਾਜ਼ 'ਤੇ ਮੰਨ ਲਓ 10-10 ਹਜ਼ਾਰ 15-15 ਹਜ਼ਾਰ ਵੀਡੀਓ ਬਣ ਚੁੱਕੀ ਹੈ ਜੀ ਇੱਕ ਇੱਕ ਆਵਾਜ਼ 'ਤੇ ਠੀਕ ਹੈ ਜੀ ਸੋ ਸਾਡੇ ਤੱਕ ਅੱਜ ਤੱਕ ਕੋਈ ਬੰਦਾ ਨਹੀਂ ਆਇਆ ਵੀ ਜਿਵੇਂ ਕੋਈ ਤੁਸੀਂ ਕਹਿੰਦੇ ਹੋ ਵੀ ਜਾਂ ਕੋਈ ਸਿੰਗਿੰਗ ਲਾਈਨ ਵਾਲਾ ਜਿਵੇਂ ਉਵੇਂ ਕੋਈ ਪੇਜ ਬਣਦੇ ਹੈ ਨਾ ਜੀ ਉਹਦੇ ਵਿੱਚ ਸਾਡੇ ਕੋਲ ਕੋਈ ਬੰਦਾ ਨਹੀਂ ਪਹੁੰਚਿਆ ਜੀ ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਮਨ 'ਚ ਹੈਗੀ ਹੈ ਵੀ ਅਸੀਂ ਵੀ ਅੱਗੇ ਤੱਕ ਜਾਈਏ ਸਾਡਾ ਡਰਾਈਵਰੀ ਮਹਿਕਮਾ ਪ੍ਰਮੋਟ ਹੋਵੇ ਸੋ ਇਹ ਸੀਗੇ ਜੀ ਰਾਜੂ ਐਂਬੂਲੈਂਸ ਵਾਲੇ ਕਿਵੇਂ ਇਸ ਰਾਜੂ ਨੇ ਇੱਕ ਸਾਈਕਲ ਤੋਂ ਸਫ਼ਰ ਸਟਾਰਟ ਕਰਕੇ ਅੱਜ ਗੱਡੀਆਂ ਤੱਕ ਪਹੁੰਚਿਆ ਅਤੇ ਕਿਵੇਂ ਰਾਜੂ ਤੋਂ ਉਹ ਰਾਜੂ ਐਂਬੂਲੈਂਸ ਵਾਲਾ ਬਣਿਆ ਅਤੇ ਫਿਰ ਆਪਣੇ ਸ਼ਹਿਰੀ ਦਾ ਸਫ਼ਰ ਸਟਾਰਟ ਕੀਤਾ ਅਗਲੀ ਸਟੋਰੀ ਦੇ ਵਿੱਚ ਕੁਝ ਨਵਾਂ ਲੈ ਕੇ ਆਵਾਂਗੇ ਤੁਸੀਂ ਬਣੇ ਰਹੋ ਫੁੱਲ ਆਫ ਪੋਜ਼ਿਟਿਵਿਟੀ ਦੇ ਨਾਲ